ਅਸਲਾਮ ਅਲੈਕੁਮ ਵੀਅਰਸ ਮੈਂ ਹਾਂ ਤੁਹਾਡੀ ਹੋਸ ਸੋਨੀਆ ਮੁਲਤਾਨੀ ਤੇ ਮੇਰੇ ਨਾਲ ਹੈ ਮੇਰੀ ਟੀਮ ਤੇ ਇੱਥੇ ਮੌਜੂਦ ਹਨ ਜਨਾਬ ਆਫਤਾਬ ਇਕਬਾਲ ਸਾਹਿਬ ਸਹੀ ਕੀ ਹਾਲ ਹੈ ਠੀਕ ਠਾਕ ਹੋ ਫਸਟ ਕਲਾਸ ਜੀ ਅਲੀ ਭਰਾ ਅੱਜ ਅਸਾਂ ਦਾ ਤੁਹਾਡੇ ਕਿਹੜੀ ਗੱਲ ਮਾਰ ਕਰਨ ਦੇ ਪਏ ਹਾਂ ਜੀ ਸਰ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਸੀ ਕਿ ਸਾਡੀ ਅੱਜ ਕੱਲ ਦੀ ਜਨਰੇਸ਼ਨ ਅਦਬ ਤੋਂ ਦੂਰ ਕਿਉਂ ਹੈ ਸਰ ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਉਸ ਜਨਰੇਸ਼ਨ ਨੂੰ ਅਦਬ ਦੇ ਨੇੜੇ ਕਿਸ ਤਰ੍ਹਾਂ ਲੈ ਕੇ ਆਈਏ ਵੈਸੇ ਅਦਬ ਦੇ ਪਿੱਛੇ ਕੋ ਬਹੁਤੇ ਨਹੀਂ ਪੈ ਗਏ ਤੁਸੀਂ ਲੋਕ ਜਦੋਂ ਦੇ ਅਸੀਂ ਆਏ ਆਏ ਜ਼ਿਆਦਾ ਅਦਬ ਤੋਂ ਕਰਾ ਸੀ ਕਿਤੇ ਬੇਅਦਬ ਤਾਂ ਨਹੀਂ ਬਦੇ ਐਡਾ ਜ਼ੁਲਮ ਨਾ ਕਰੋ ਅਦਬ ਨੇ ਕਰੋ ਨਾ ਹਸ ਜਾਣਾ ਜੀ ਤੁਹਾਨੂੰ ਪਿਛਲੇ ਵਾਰ ਵੀ ਦੱਸਿਆ ਸੀ ਕਿ ਮੈਂ ਗਿਆ ਸਾਡੇ ਵੇਲੇ ਤੋਂ ਅਦਬ ਦੀ ਗੱਲ ਨਹੀਂ ਕਰਨੀ ਤੁਸੀਂ ਹੋ ਅੱਛਾ ਜੀ ਬੜਾ ਅੱਛਾ ਟੌਪਿਕ ਹੈਗਾ ਜੀ ਜੀ ਕਿ ਅਦਬ ਦੀ ਤਰਵੀਜ਼ ਕਿਵੇਂ ਕੀਤੀ ਜਾਏ ਜੀ ਜੀ ਇਹਦਾ ਰਿਵਾਜ ਫਿਰ ਤੋਂ ਕਿਵੇਂ ਜੀ ਹਾਂ ਬਿਲਕੁਲ ਪਾਇਆ ਜਾਏ ਮੋਟੀਆਂ ਮੋਟੀਆਂ ਗੱਲਾਂ ਹੂੰ ਇੱਕ ਦਾ ਤਾਲੁਕ ਮਾਸ਼ਰਤ ਨਾਲ ਹੈ ਦੂਸਰੀ ਦਾ ਮਈਸ਼ਤ ਨਾਲ ਹੈ ਵਾਹ ਮਾਸ਼ਰਤ ਦਾ ਇਹ ਹੈ ਕਿ ਅਦਬ ਨੂੰ ਇਤਰਾਮ ਦਿਓ ਜੀ ਔਰ ਅਦਬ ਨੂੰ ਇਤਰਾਮ ਦਿਓਗੇ ਤਾਂ ਲਾ ਮਹਲਾ ਅਦੀਬ ਨੂੰ ਇਤਰਾਮ ਮਿਲੇਗਾ ਸਹੀ ਵਾਹ ਅਦੀਬ ਦਾ ਇੱਕ ਸਟੇਟਸ ਹੋਣਾ ਚਾਹੀਦਾ ਜੀ ਸਟੇਟਸ ਕੀ ਹੈ ਕਿ ਅਗਰ ਇੱਕ ਡਿਵੀਜ਼ਨਲ ਹੈਡਕ quarters ਹੈ ਇੱਕ ਨਿੱਕਾ ਜਿਹਾ ਫੰਕਸ਼ਨ ਹੈ ਤਾਂ ਉnde ਚ ਕਮਿਸ਼ਨਰ ਬੈਠਾ ਜਿਹੜਾ ਡਿਵੀਜ਼ਨ ਦਾ ਹੈਡ ਹੈ ਡੈਪੁਟੀ ਕਮਿਸ਼ਨਰ ਬੈਠਾ ਕੋਈ 1 2 اے سی ਬੈਠੇ ਨੇ ਮੈਜਿਸਟ੍ਰੇਟ ਬੈਠੇ ਨੇ ਕੋਈ ਪੁਲਿਸ ਅਫਸਰ ਬੈਠੇ ਨੇ ਕੋਈ ਇੱਕ ਅਦਾ ਜੱਜ ਬੈਠਾ ਤੇ ਜਿਵੇਂ ਜਿਵੇਂ ਸੀਨੀਅਰ ਆਂਦਤ ਸਾਰੇ ਖੜੋਂਦੇ ਨੇ ਜੀ ਖੜੋ ਕੇ ਇਤਰਾਮਨ ਮਿਲਦੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਤੁਹਾਡੇ ਕਮਿਸ਼ਨਰ ਬੈਠੇ ਹੋਣ ਤੇ ਫੈਜ਼ अहमद ਫੈਜ਼ ਆਵੇ মনির ਨਿਆਜ਼ੀ ਆਵੇ ਕਿਸੇ ਦੀ ਮਜਾਲ ਹੈ ਨਾ ਉੱਟੇ ਵਾਹ ਵਾਹ ਉਹ ਮਾਸ਼ਰਾ ਫਿਰ ਡੁੱਬ ਜਾਂਦਾ ਹੈ ਸਹੀ ਜਿੱਥੇ ਇਹ ਬਿਲਕੁਲ ਅਦਰਵਾਇਜ਼ ਹੋ ਜਾਵੇ ਕਿ ਫੈਜ਼ अहमद ਫੈਜ਼ ਨੂੰ ਉੱਠਣਾ ਪਵੇ ਤੇ ਤੁਹਾਡੇ ਵਜ਼ੀਰ مشیر ਜਿਹੜੇ ਨੇ ਬੈਠੇ ਰਹੇ ਹਮ ਰਸ਼ੀਆ ਦੀ ਮਿਸਾਲ ਨਹੀਂ ਕਿ ਪੁਸ਼ਕਿੰਦ ਦੇ ਦੋ ਸ਼ੇਰ ਸੁਣਾ ਦਿਓ ਜੀ ਅੱਧੀ ਟਿਕਟ ਮਾਫਤ ਰੇਲਵੇ ਦੀ ਜੀ ਜੀ ਰੇਲਵੇ ਸੱਕੇ ਪਿਓ ਨੂੰ ਨਹੀਂ ਛੱਡਦੇ ਹਾਂ 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 ਨਾ ਪੁਸ਼ਕਿੰਦ ਦਾ ਇੱਕ ਸ਼ੇਰ ਸੁਣਾ ਚਾਹ ਹਾਂ ਨਾ ਤਾਂ ਕੌਮੀ ਸ਼ਾਇਰ ਵਾਹ ਇਤਨੀ ਕਦਰ ਹੈ ਇੱਥੇ ਕਦੇ ਕਿਸੇ ਆਖਿਆ ਇਕਬਾਲ ਦੇ ਮੈਂ ਪੂਰੀ ਨਜ਼ਮ ਸੁਣਾਣਾ ਮੈਨੂੰ ਕਿੱਥੇ ਕੋਈ ਮੈਨੂੰ ਕੋਈ ਅਲਾਉਂਸ ਦੇਵੇ ਮੈਨੂੰ ਕੋਈ ਥੋੜਾ ਬਹੁਤ ਕੋਈ ਇਸ ਵਜ੍ਹਾ ਨਾਲ ਡਿਸਕਾਊਂਟ ਦੇਓ ਕੋਈ ਨੂੰ ਨਜ਼ਰ ਨਹੀਂ ਦਿੰਦਾ ਉਸ ਟਾਈਮ ਤੁਸੀਂ ਕੋਈ ਨਜ਼ਰ ਨਹੀਂ ਦਿੰਦਾ ਸੱਚੀ ਆਂਦਾ ਇੱਕ ਇਹ ਹੈਗਾ ਸਟੇਟਸ ਤੁਹਾਡਾ ਸੋਸ਼ਲ ਸਹੀ ਤੇ ਦੁਆਏ ਫਾਈਨੈਂਸ਼ੀਅਲ ਹਮ ਅਦੀਬ ਨੂੰ ਐਡਾ ਅਮੀਰ ਕਰ ਦਿਓ ਯਕੀਨ ਕਰੋ ਜਿਹੜਾ ਜੈਨੂਨ ਅਦੀਬ ਹੈ ਨਾ ਹਮ ਉਹ ਆਫਰਦਾ ਨਹੀਂ ਉਹ ਬੇ ਸਬਰਾਂ ਨਹੀਂ ਹੁੰਦਾ ਉਹਦੀ ਇਸ਼ਤਿਹਾਈ ਜ਼ਰ ਜਿਹੜੀ ਹੈ ਨਾ ਜੀ ਜੀ ਉਹ ਬੜੀ ਮਹਦੂਦ ਹੋਏਗੀ ਉਹਨੂੰ ਇੱਕ ਬਹੁਤ ਅੱਛੀ ਗੱਡੀ ਚਾਹੀਦੀ ਜੀ ਜੀ ਕਿਉਂ ਤੁਹਾਡੇ ਸਾਰਿਆਂ ਕੋ ਚੰਗੀਆਂ ਗੱਡੀਆਂ ਬਿਲਕੁਲ ਮਾੜੀਆਂ ਗੱਡੀਆਂ ਉਹ ਬੜਾ ਖੁਸ਼ ਹੈ ਹਮ ਭਈ ਫੈਜ਼ अहमद ਫੈਜ਼ ਨੂੰ ਮੈਂ ਅੱਖੀਂ ਵੇਖਿਆ ਸਾਈਕਲ ਤੇ ਆਦੇ ਜੀ ਜੀ ਪਾਰਕੀ ਹਾਊਸ ਦੇ ਬਾਹਰ ਔਰ ਇਹਨਾਂ ਵਿੱਚੋਂ ਅਕਸਰियत ਕੋਲ ਗੱਡੀਆਂ ਆਈਆਂ। ਹੂੰ। ਇਹ ਸਾਈਕਲ ਤੇ ਆਣਾ ਜਾਣਾ ਬੜਾ ਪਸੰਦ ਕਰਦੇ ਆ। ਹਾਂ। ਵਾਹ। ਬੜਾ ਸਟੇਟਸ ਹੁੰਦਾ ਸੀ ਕਿ ਯਾਰ ਪੜੇ ਲਿਖੇ ਲੋਕ ਸਾਈਕਲ ਚਲਾਉਂਦੇ ਨੇ। ਹੂੰ। ਤੇ ਬਦਕਿਸਮਤੀ ਕਿ ਸਿਰਫ ਮਜ਼ਦੂਰ ਵਿਚਾਰਾ ਯਾ ਕਲਰਕ ਔਰ ਇਸ ਲਈ ਵੀ ਕਿ ਇਹਨਾਂ ਕੋਲ ਗੱਡੀ ਜਿੰਦੇ ਕੋਈ ਨਹੀਂ ਵੀ ਗੱਡੀ ਆਈ ਨਾ। ਹੂੰ। ਬੜੇ ਤੁਮ ਤਰਾਕ ਨਾਲ ਸਾਈਕਲ ਨੂੰ ਆਪਣੀ ਸਵਾਰੀ ਸਮਝਦੇ ਹੋਏ। ਬੜੇ ਮਜ਼ੇ ਨਾਲ ਕਿਉਂਕਿ ਇਹ ਵੰਡ ਕੋਈ ਅਸੀ ਵੰਡ ਹੁੰਦੀ ਨਹੀਂ ਸੀ ਕਿ ਇਹਦੇ ਕੋਈ ਗੱਡੀ ਆ ਤੇ ਮੇਰੇ ਕੋਲ ਨਹੀਂ ਹੈ। ਜੀ ਜੀ ਜੀ। ਲੋਕੀ ਇਹ ਨਸ਼ਿਆਂ ਤੋਂ ਬਗੈਰ ਵੀ ਖੁਸ਼ ਹੁੰਦੇ ਆ ਸਹੀ ਮਟੀਰੀਅਲਿਜ਼ਮ ਦੀ ਵਬਾ ਇਸ ਤਰ੍ਹਾਂ ਫੈਲੀ ਨਹੀਂ ਸੀ ਜਿੰਨੀ ਅੱਜ ਵਾਇਰਲ ਹੋਈ ਹੈ ਨਾ ਜੀ ਜੀ ਇਡੀ ਨਹੀਂ ਸੀ ਲੇਕਿਨ ਇਸ ਵੇਲੇ ادیਬ ਦੀਆਂ ਦੁਨਿਆਵੀ ਜ਼ਰੂਰਤਾਂ ਨੂੰ ਸਮਝਣ ਦੀ ਹਮ ਸincere ਪਰ ਖਲੂਸ ਕੋਸ਼ਿਸ਼ ਸਰਕਾਰ ਐਂ ਕਰੇ ਜਿਵੇਂ ਦਰਬਾਰ ਕਰਦਾ ਹੁੰਦਾ ਵਾਹ ਵਾਹ ਜਿੰਨੀ ਮਿਸਾਲ ਮੈਂ ਕੱਲ ਪਰਸੋਂ ਦਿੱਤੀ ਹੈ ਜੀ ਕੀ ਦਰਬਾਰ ਐਵੇਂ ਤਾਂ ਨਹੀਂ ਵਜ਼ੀਫੇ ਲਾ ਦਿੰਦਾ ਹਮ ਪਤਾ ਜੀ ਇਹਦੇ ਬੱਚੇ ਨੇ ਇਹਨਾਂ ਨੂੰ ਪੜਨਾ ਹੈ ਜੀ ਹਾਂ ਉਹਨੇ ਧਿਆਵਿਆਂ ਨਹੀਂ ਜੀ ਜੀ ਉਹਦੇ ਮਸਾਇਲੇ ਲੇ ਗਏ ਨੇ ਬਾਦਸ਼ਾ ਨੂੰ ਸਿਰਫ ਦੱਸਿਆ ਜਾਂਦਾ ਬਾਦਸ਼ਾ ਨੂੰ ਆਪ ਸੋਰ ਨਹੀਂ ਹੁੰਦੀ ਨਾ ਹੀ ਉਹਦੇ ਕੋਲੇ ਨਾ ਟਾਈਮ ਹੁੰਦਾ ਜੀ ਉਹਦੇ ਮੁਖੀਰ ਦੱਸਦੇ ਨੇ ਜੀ ਜੀ ਔਰ ਐਡੇ ਦਾਣਾ ਔਰ ਐਸੇ ਬਰਗਜ਼ੀਦਾ ਲੋਗ ਹੁੰਦੇ ਆ ਬਬੂ ਸਾਹਿਬ ਜੀ ਸਹੀ ਪਤਾ ਬਾਦਸ਼ਾ ਨੂੰ ਇਹ ਜੀ ਮਤ ਕਦੋਂ ਦਿੰਦੇ ਹੁੰਦੇ ਜੀ ਜਦੋਂ ਉਹਦਾ ਬਹੁਤ ਅੱਛਾ ਮੂਡ ਹੋਵੇ ਵਾਹ ਵਾਹ ਅੱਜ ਹੁੰਦਾ ਉਲਟ ਹੈ ਹਾਂ ਜੀ ਜੀ ਬਾਦਸ਼ਾਹ ਦਾ ਮੂਡ ਅਫਸਰ ਦਾ ਮੂਡ ਜਦੋਂ ਬਹੁਤ ਵਹਿੜਾ ਹੋਵੇ ਨਾ ਇਹ ਜੀ ਇਹ ਫਲਾਣਾ ਕੀ ਆਂਦਾ ਹੈ ਕੌਣ ਹੈ ਯਾਰ ਉਹ ਜੀ ਥੀਏਟਰ ਦਾ ਐਕਟਰ ਹੈਗਾ ਤੇ ਆਂਦਾ ਬਿਮਾਰ ਉਹ ਹਰ ਵੇਰੀ ਉਹ ਬਸ ਬਿਮਾਰ ਹੀ ਰੰਦਨਾਰਟ ਉਹ ਯਾਰ ਦਫਾ ਕਰ ਦਫਾ ਕਰ ਅਗਲੀ ਗੱਲ ਕਰ ਸਹੀ ਹਏ ਹੇ ਇਸ ਲਈ ਮਿਸਾਲ ਦੇਾਂਗਾ ਮੈਂ ਨਾ ਨਹੀਂ ਲਾਂਗਾ ਉਸ ਬਹੁਤ بڑے ਕੰਪੋਜ਼ਰ ਦਾ ਮੈਂ ਟੈਕਸਟ ਕੀਤਾ ਪ੍ਰਾਈਮ ਮਿਨਿਸਟਰ ਨੂੰ ਸਹੀ ਮੀਆਂ نواز شریف ਨੂੰ ਕਿ ਇਹ ਬੰਦਾ ਅਲੀਲ ਹੈ ਤੇ ਗੋਕੇ ਨੂੰ ਕੋਈ ਤੁਹਾਡੀ ਮਦਦ ਦੀ ਲੋੜ ਕੋਈ ਨਹੀਂ ਹੁੰਦੇ ਪੁੱਤਰ ਖੈਰੀ ਮੇਰੀ ਹੈਗੇ ਨੇ ਲੇਕਿਨ ਉਹਦਾ ਸਟੇਟਸ ਇਨਾ ਹਾਈ ਹੈ ਜੀ ਜੀ ਤੁਸੀਂ ਆਪਣੇ ਲੋਕਾਂ ਨੂੰ ਮਦਦ ਕਰੋ ਉਹਦੀ ਉਹ ਸਾਕਿਆ ਜੀ ਮੈਂ ਕਰਨਾ ਬਿਲਕੁਲ ਕਰਨਾ ਹਮ ਇੱਕ ਮਹੀਨਾ ਲੰਘ ਗਿਆ ਦੋ ਲੰਘ ਗਿਆ ਉਹ ਬਿਮਾਰ ਸੀ ਮੈਨੂੰ ਪਤਾ ਮੈਂ ਕਿਹਾ ਥੋੜੀ ਜੀ ਮਦਦ ਕੋਈ ਮੇਰੇ ਆਖਿਆ ਇਹ ਜੋ ਐਡਾ ਫਨਕਾਰ ਪਰਵਰ وزیراعظم ਮਸ਼ਹੂਰ ਹੈ ਜੀ ਜੀ ਇੱਕ ਦਿਨ ਮੈਂ ਪਤਾ ਕੀ ਕੀਤਾ ਉਹਨੂੰ ਟੈਕਸਟ ਕੀਤਾ ਤਾਂ ਮੈਨੂੰ ਆਖਿਆ ਕਿ ਤੈਨੂੰ ਪਤਾ ਹੈ ਕਿ ਇੱਕ ਕੰਪੋਜ਼ਰ ਕਿਹੜੇ ਕਿਹੜੇ ਗਾਣੇ ਦਾ ਕੰਪੋਜ਼ਰ ਹੈ ਹਾਂ ਮੈਨੂੰ ਫੌਰਨ ਜਵਾਬ ਆਇਆ ਨੇ ਕਿਹਾ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਲੇਕਿਨ ਮੈਂ ਨਾ ਬੜਾ ਸੁਨੇ ਆ ਇਹਨਾਂ ਦਾ ਮੈਂ ਹੁੰਦੇ ਤਰਾਏਗਾ ਨੇ ਹਮ ਟਾਪ ਆਪਣੀ ਪ੍ਰਾਇਰਟੀ ਵਾਈਜ਼ ਤਰਾਏਗਾ ਨੇ ਸਹੀ ਰਵੇ ਦੇ ਤਰਵੇ ਪੰਜਾਬੀ ਹਮ ਉਹਨੂੰ ਭੇਜੇ ਫੌਰ ਉਹਨਾਂ ਪੈਰਾਂ ਤੋਂ ਉਹਦੀ ਕਾਲ ਆ ਗਈ ਪ੍ਰਾਈਮ ਮਿਨਿਸਟਰ ਵਾਹ ਵਾਹ ਐ ਐਂ ਤੇ ਪਤਾ ਹੀ ਨਹੀਂ ਸੀ ਇਹ ਗਾਣੇ ਇਹਨਾਂ ਨੇ ਕ੍ਰੀਏਟ ਕੀਤੇ ਵਾਹ ਵਾਹ ਮੈਂ ਕਿਹਾ ਜਨਾਬ ਮੀਆਂ ਸਾਹਿਬ ਐਸਲੀ ਜੇ ਕਿਸੇ ਨੇਕੀ ਕੀਤੀ ਹੋਵੇ ਨਾ ਉਹਨੂੰ ਯਾਦ ਰੱਖਣਾ ਚਾਹੀਦਾ ਮੈਂ ਨਵਾਜ਼ ਸ਼ਰੀਫ ਦੀ ਇਹ ਨੇਕੀ ਹਮੇਸ਼ਾ ਯਾਦ ਰੱਖਾਂ ਵਾਹ ਵਾਹ ਫਿਰ ਆਪਣਾ ਤਿੰਨ بڑے ਫਨਕਾਰਾਂ ਨੂੰ ਜਿਨ੍ਹਾਂ ਚ ਇੱਕ ਬੱਬੂ ਬਰਾਲ ਵੀ ਆ ਜੀ ਜੀ ਮੈਂ ਗਿਲਾਨੀ ਕੋਲੋਂ ਹੈਲਪ ਲੈ ਕੇ ਦਿੱਤੀ ਸੀ ਲੇਕਿਨ ਨਵਾਜ਼ ਸ਼ਰੀਫ ਨੇ 10 ਲੱਖ ਭੇਜਿਆ ਉਸ 5-5 ਲੱਖ ਨਾਲ ਤਿੰਨੋਂ ਪੁੱਗਤਾ ਹੈ 5 5 5 ਇਸ ਦਾ ਲੱਖ ਰੁਪਈਆ ਅਗਲੇ ਦਿਨ ਉਹਦੇ ਸੈਕਟਰੀ ਫਵਾਦ ਦਾ ਫੋਨ ਆ ਗਿਆ ਕਿ ਭਾਈ ਜੀ ਇਹ 10 ਲੱਖ ਰੁਪਈਆ ਤੁਸੀਂ ਖੁਦ ਮੀਆਂ ਸਾਹਿਬ ਦਾ ਦਿਖਾਇਸ਼ ਹੈ ਕਿ ਤੁਸੀਂ ਜਾ ਕੇ ਦਿਓ ਮੈਂ ਕਿ ਮੈਂ ਚੁੱਕੇ ਰਿਕਾਰਡਿੰਗ ਇਹ ਚੋਸਲੇ ਮਸਰੂਫ ਹੁਣ ਨਾ ਜੀ ਜੀ ਤੇ ਬੈਸਟ ਕੰਮ ਹੈ ਗਿਆ ਕਿ ਤੁਸੀਂ ਇੱਥੋਂ ਦੇ ਸੈਕਟਰੀ ਇਨਫੋਰਮੇਸ਼ਨ ਨੂੰ ਦਿਓ ਉਹ ਜਾ ਕੇ ਕਰੇ ਮੋੜ ਉਸ ਕੀਤਾ ਵਾਹ ਪਰ ਮੈਂ ਫਿਰ ਸਪੈਸ਼ਲੀ ਸ਼ੁਕਰੀਆ ਦਾ ਕੀਤਾ ਵਾਹ ਵਾਹ ਇਸ ਲਈ ਇਹਨਾਂ ਨੂੰ ਇਨਾਮਾਤ ਦਿਓ ਹਾਂ ਇਹਨਾਂ ਦੀ ਤਖਲੀਕਾਤ ਦੇ ਉੱਤੇ ਨਵਾਜ਼ੋ ਇਹਨਾਂ ਨੂੰ ਕਿ ਕਿਸੇ ਨੇ ਬਹੁਤ ਸੋਨਾ ਨਾਵਲ ਲਿਖਿਆ ਵਾਹ ਜੀ ਜੀ ਚਲੋ ਉਦਾਸ ਨਸਲੇ ਨਾ ਸਹੀ ਸਹੀ ਕੋਈ ਹੋਰ ਕੋ ਹਲਕੇ ਲੈਵਲ ਦਾ ਨਾਵਲ ਜੀ ਜੀ গিਵਨ ਸਰਕਮਸਟੈਂਸਸ ਅਚ ਬਹੁਤ ਅੱਛਾ ਨਾਵਲ ਹੈ ਅਗੇਰੇ ਇਹਦੇ ਇਮਕਾਨਾਤ ਹੋਰ ਰੋਸ਼ਨ ਹੋ ਜਾਸ ਸਹੀ ਤੁਸੀਂ ਉਹਨੂੰ ਸਟੇਟਸ ਅਤਾ ਕਰੋ ਉਹਨੂੰ ਬੁਲਾਓ ਨੀਰਾ ਪ੍ਰਾਈਡ ਆਫ ਪਰਫਾਰਮੈਂਸ ਤੇ ਨਾ ਟਰਖਾਓ ਜੀ ਜੀ ਕਮਾਲੇ ਫਨ ਦੇਓ ਉਹਨੂੰ ਨਾਲ ਉਹਨੂੰ ਰੁਪਈਆ 5 ਲੱਖ 10 ਲੱਖ 15 20 ਲੱਖ ਰੁਪਈਆ ਦਿਓ ਹਾਂ ਯੰਗਸਟਰਸ ਨੂੰ ਵੇਖੋ ਅਗੇਰੋ ਅੱਛੀ ਸ਼ਾਇਰੀ ਕਰ ਰਹੇ ਨੇ ਜੀ ਜੀ ਅੱਛਾ ਸ਼ੇਅਰ ਕਰ ਰਹੇ ਨੇ ਅੱਛੀ ਕਹਾਣੀ ਲਿਖਦੇ ਨੇ ਅੱਛਾ ਨਾਵਲ ਲਿਖਦੇ ਨੇ ਸਹੀ ਅੱਛਾ ਡਰਾਮਾ ਲਿਖ ਰਹੇ ਨੇ youngsters ji ji aur pad rahe ne kai daurane taleem ji ji apna aap vikhade jinne bade adib shayar ho guzre ne ji ji pichli sadi de sare during college school bilkul na kama chuke san sahi hunna nu bade bade wazife deyo wah amreeki te canadian universities ch unna nu daakhle offer karo wah wah eh na lavo sahi zara wah sirf unna nu main na mercedes car da lalach na deyo ਉਹਨਾਂ ਕੋ ਕੱਕ ਕੈਨੇਡਾ ਤੇ ਰੈਡਮਿਸ਼ਨ ਹੋਸੀ ਜਾਣਾ ਹੀ ਉਹ ਛੇ ਮੇਰੀ ਤੁਹਾਨੂੰ ਕਰਕੇ ਵਿਖਾਸਨ ਕਬ ਬਿਲਕੁਲ ਤੇ ਇਸ ਲਈ ਇਹ ਨਿਰਾ ਸਰਕਾਰ ਤੇ ਭਾਰ ਨਾ ਪਾਓ ਜੀ ਜੀ ਕੁਝ ਪ੍ਰੋਜੈਕਟਸ ਐਸੇ ਬਣਾ ਲਓ ਨੇਕ ਲੋਕਾਂ ਦੇ ਹੱਥੇ ਚ ਦੇ ਦਿਓ ਉਹਦਾ ਮੁਨਾਫਾ ਭੁੱਟੋ ਸਾਹਿਬ ਨੇ ਕਰਨ ਦੀ ਕੋਸ਼ਿਸ਼ ਕੀਤੀ ਆਈ ਜੀ ਜੀ ਲੇਕਿਨ ਉਹ ਖਾ ਗਏ ਚੋਰ ਉਚੱਕੇ ਭੁੱਟੋ ਸਾਹਿਬ ਦੇ ਸਾਥ ਹੀ ਉਹ ਐਡੇ ਵੱਡੇ ਚੋਰ ਭੁੱਟੋ ਤਾਂ ਰੱਜਿਆ ਪੁੱਜਿਆ ਇਹ ਸਾਰੇ ਫੁਕਰਿਆ ਜੀ ਜੀ ਇਹ ਵਿਚਾਰੇ ਤਸੇ ਸਦੀਆਂ ਦੇ ਭੁਕੇ ਹਾਂ ਖਾਣ ਤੋਂ ਤੇ ਉਸ ਤੋਂ ਵੱਧ ਪੀਵਣ ਤੋਂ ਜੀ ਬੀਬੀ ਨੇ ਆਪ ਦੇ ਚਾਰ ਚਾਚੇ ਮੁਕਰਰ ਕੀਤੇ ਆ ਚਾਰ ਚਾਚੇ ਜੀ ਮੇਰੇ ਪਿਓ ਦੇ ਸਾਥੀ ਹਨ ਮੇਰਾ ਲਿਹਾਜ਼ ਕਰਸਨ ਜੀ ਉਹਨਾਂ ਨੂੰ ਉਸ ਵਿਚਾਰੀ ਗਰੀਬ ਨਹੀਂ ਜਦੋਂ ਪਹਿਲੀ ਵਾਰੀ ਆਈ 88 ਵਿੱਚ ਜੀ ਇੱਕ ਜਗ੍ਹਾ ਬਣਾ ਦਿੱਤੀ ਵੀ ਹੈ ਤੁਹਾਡੀ ਜੁਲਾਗਾ ਐਕਟੀਵਿਟੀ ਹੈ ਮੈਂ ਦੱਸੂ ਮੈਂ ਕੀ ਕਰਾਂ ਮੀਡੀਆ ਨੂੰ ਕਿਵੇਂ ਰਨ ਕਰਨਾ ਪਤਾ ਕੀ ਆਂਦੇ ਇਹ ਵੀ ਗੱਲ ਹੈ ਕਿ ਐਡਵਰਟਾਈਜ਼ਿੰਗ ਏਜੰਸੀ ਬਣਾਵੀ ਐਸੀ ਜਿੰਨੇ ਸਾਰੇ ਇਸ਼ਤਿਹਾਰ ਸਰਕਾਰੀ ਚੱਲਦੇ ਨੇ ਉਹ ਐਸ ਏਜੰਸੀ ਦੇ ਜ਼ਰੀਏ ਜਾਵਨਗੇ ਇਹਦਾ ਜਿਹੜਾ ਕਮਿਸ਼ਨ ਹੋਵੇਗਾ ਜੀ ਜੀ ਉਹਦੇ ਚ ਫਲਾਣੇ ਇੰਨੇ ਪੈਸੇ ਅਸੀਂ ਰੱਖਸਾਂ ਐਨੇ ਦੇ ਬਾਕੀ ਦੇ ਕੰਮ ਹੋਸਨ ਜਿਹੜੇ ਅਸੀਂ ਗਰੀਬ ਫਲਾਣਿਆਂ ਦੇ ادیਬਾਂ ਦੇ ਬੇਵਗਾਨ ਦੇ ਯਤੀਮਾਂ ਦੇ ਅਸੀਂ ਉਹ ਕੰਮ ਕਰਸਾ ਜੀ ਜੀ ਉਨ ਮੇ ਉਸ ادارے ਦਾ ਨਾਂ ਨਹੀਂ ਲੈਂਦਾ ਕਿਉਂਕਿ ਬੜੇ ਬੜੇ ਨੰਗੇ ਹੋ ਜਾਂ ਸਰ ਜੇ ਕੱਦਾ ਅਜੇ ਵੀ ਜੀਂਦਾ ਹ ਹ ਸਾਢੇ ਪੈ ਗਿਆ ਬੀਬੀ ਤੇ ਸੈਕਟਰੀ ਕੋ ਪੁੱਛਿਆ ਉਹ ਜਿਹੜਾ ਏਦਾਰਾ ਬਣਾਇਆ ਹੈ ਨਾ ਜੀ ਕੀ ਇਤਨਾ ਨੇ ਅ ਕਹਿੰਦੀ ਆ ਕਿ ਆਪ ਵੇਖ ਲਓ ਬੀਬੀ ਇੱਕ ਦਿਨ ਆਪ ਗਈ ਰਾਤ ਲੈ ਵਾ ਜੇ ਛਾਪਾ ਮਾਰੀ ਨਾ ਜੀ ਸਹੀ ਉਸ ਵੇਖਿਆ ਸ਼ਰਾਬ ਦੀਆਂ ਬੋਤਲਾਂ ਹੀ ਬੋਤਲਾਂ ਓਏ ਓਏ ਤੇ ਭੈੜੇ ਅੱਲਾ ਦੇ ਪੈ ਓਏ ਬਾਬੇ ਨਾਲ ਹੋਰ ਬੇਸ਼ੁਮਾਰ ਹੋਤਾ

ਰੱਬ ਬੀਬੀ ਜਿਹੜੀ 1.5 ਸਾਲ ਬਾਅਦ ਗਈ ਜਿਉਂ ਆਂਦੀ ਕਾਕਾ ਮੈਂ 15 ਦਿਨਾਂ ਬਾਅਦ ਫੇਰਾ ਲਾਣਾ ਮੈਨੂੰ 15 ਦਿਨਾਂ ਬਾਅਦ ਜੇ ਨਜ਼ਰਨਾ ਨਾ ਆਇਆ ਕਾਸ਼ ਬੀਬੀ ਨੇ ਆਪਦੇ ਪਿਓ ਕੋਲੋਂ ਕੁਝ ਇਹੋ ਜੀਆਂ ਛੀਆਂ ਮਿੱਸਖੀਆਂ ਹੁੰਦੀ ਹੁੰਦਾ ਪਿਓ ਇਹੋ ਕੁਝ ਕੰਮ ਕਰਦਾ ਹਾਂ ਉਹਦਾ ਪਿਓ ਇਹੋ ਕੁਝ ਕਰਦਾ ਚੱਕਰਦਾ ਕਿ ਮੈਂ ਵੇਖਾਂ ਤਸੇ ਮੈਨੂੰ ਕਿਵੇਂ ਪਤਾ ਮੈਂ ਹਨੀਫ ਰਾਮੇ ਦੇ ਨਾਲ ਰਿਹਾ ਸਹੀ ਉਹ ਮੇਰਾ ਬੌਸ ਆ ਅਰੇ ਮੈਂ ਕਈ ਵਾਰੀ ਸਖਤੀ ਕਰਨਾ ਤੁਹਾਡੇ ਉੱਤੇ ਕੰਮ ਦੀ ਜੀ ਜੀ ਯਕੀਨ ਕਰੋ ਰਾਮੇ ਸਾਹਿਬ ਕੋਲ ਸਿੱਖੀ ਵਾਹ 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 ਆਨੰਦ ਤੁਸੀਂ ਸਖਤੀ ਕਰਿਆ ਕਰੋ ਇਹ ਚੌੜ ਹੋ ਜਾਂਦੇ ਹਾਂ ਹਾਂ ਬਹੁਤ ਅੱਛਾ ਉਹ ਸਾਨੂੰ ਆਦੇ ਹੁੰਦੇ ਸਨ ਨਾ ਕਿ ਇਹ ਚੌੜ ਹੋ ਜਾਂ ਸਹੀ ਤੁਸੀਂ ਗਲਤ ਤਰ੍ਹਾਂ ਸਿੱਧੇ ਰਹਿੰਦੇ ਹਾਂ ਵਾਹ ਤੁਸੀਂ ਵੇਖ ਲਓ ਮਨਜੂਰ ਵੱਟੂ ਦਾ ਜਿੰਨੀ ਦੇਰ ਤੱਕ ਮੈਂ ਡੀਜੀਪੀ ਆ ਰਹਾ ਜੀ ਜੀ ਮਨਜੂਰ ਵੱਟੂ ਉਹ ਵੀ ਐਵੇਂ ਸੀ ਹਮ ਕੰਮ ਬੜਾ ਤਗੜਾ ਲੈਣਾ ਤੇ ਬਤੌਰ ਚੀਫ ਮਨਿਸਟਰ 18 ਬੰਦਿਆਂ ਦੇ ਨਾਲ ਹਾਂ ਉਹ 27 ਸਾਲ ਐਂ ਹਕੂਮਤ ਕੀਤੀ ਜਿਵੇਂ 1800 ਵੋਟ ਹੁੰਦੇ ਨੇ ਹੁੰਦੇ ਸਿਰਫ ਇਸ ਦੀ ਇਹ ਹੁੰਦੀ ਟੀਮ ਤਗੜੇ ਬੰਦੇ ਆਂਦੀ ਸੀ ਸਹੀ ਔਰ ਉਹ ਨਜ਼ਰ ਰੱਖਦਾ ਹੁੰਦਾ ਕਰਪਸ਼ਨ ਵੀ ਰਾਜ ਕੇ ਕਰਦੇ ਆਏ ਹੁੰਦੇ ਕਈ ਬੜੇ ਕਰੀਬੀ ਸਾਥੀ ਲੇਕਿਨ ਉਹ ਮਜਬੂਰ ਆ ਕਿਨੂੰ ਕਿਨੂੰ ਰੋਕੇ ਲੇਕਿਨ ਜਿੱਥੇ ਤੱਕ ਮੀਡੀਆ ਦਾ ਤਾਲੁਕ ਆ ਵਜ਼ੀਰ ਸ਼ਜ਼ੀਰ ਹੁੰਦਾ ਨਲਾਇਕ ਸੰ ਪਰਲੇ ਦਰਜੇ ਤੇ ਜੀ ਜੀ ਲੇਕਿਨ ਸੈਕਟਰੀ ਉਹ ਠੀਕ ਮਿਲੈ ਉਹਨੂੰ ਅੱਛੇ ਲੋਕ ਮਿਲੈ ਔਰ ਉਹ ਸੀ ਵੀ ਬੜਾ ادیਬ ਪਰਵਰ ਸਾਹਾਫਤ ਨੂੰ ਬੜਾ ਸਮਝਣ ਨਾਲ ਉਹ ਸਾਹਫੀ ਨੂੰ ਪੈਸੇ ਨਾਲ ਨਹੀਂ ਖਰੀਦਦਾ ਸੀ ਮਹੱਬਤ ਨਾਲ ਖਰੀਦਦਾ ਸੀ ਵਾਹ ਬਿਨਓਵਰ ਕਰਦਾ ਸੀ ਵਾਹ ਰਜੇ ਵੀ ਹੁੰਦੀ ਇੱਜ਼ਤ ਬੇਸ਼ੁਮਾਰ ਕਰਦੇ ਲੋਕ ਪਰ ਤੁਸੀਂ ਮੀਡੀਆ ਦਾ ਜ਼ਿਕਰ ਕੀਤਾ ਵੇਖੋ ਅੱਜ ਕੱਲ ਜਿੰਨੀ ਪਾਵਰ ਮੀਡੀਆ ਦੇ ਕੋਲ ਹੈ ਹਰ ਬੰਦੇ ਦੇ ਕੋਲ ਤਾਂ ਮੀਡੀਆ ਉਹਨੇ ਮੋਬਾਈਲ ਚੁੱਕਿਆ ਹੋਇਆ ਹੈ ਜੀ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੋਵੇ ਸੋਸ਼ਲ ਮੀਡੀਆ ਹੋਵੇ ਉਹਨਾਂ ਦਾ ਵੀ ਤੇ ਫਰਜ਼ ਬੰਦਾ ਸਰ ਕਿ ਹੈ ادیਬਾਂ ਵਾਸਤੇ ਸ਼ੋਰਾ ਕਰਾਮ ਵਾਸਤੇ ਰਾਈਟਰਾਂ ਵਾਸਤੇ ਕੋਈ ਕੰਮ ਕਰਨ ਆਵਾਜ਼ ਉਠਾਉਣ ਬਿਲਕੁਲ ਠੀਕ ਹੈ ਲੇਕਿਨ ਮੇਰੀ ਜਿਹੜੀ ਉਹ ਹਾਇਰਾਰਕੀ ਹੈ ਨਾ ਦਰਜਾਬੰਦੀ ਹੈ ਉਹਦੇ ਵਿੱਚ ਮ ਤੀਜੇ ਨੰਬਰ ਤੇ ਅੱਛਾ ਸਭ ਤੋਂ ਉਤਾ ਸਰਕਾਰ ਉਹ ਆ ਗਈ ਅਸੀਂ ਗੱਲ ਕਰ ਲਈ ਠਾੜ ਵੇਖੋ ਤੇ ਉਹ ਐ ਪ੍ਰਾਈਵੇਟ ਐਂਟਰਪ੍ਰਾਈਜ਼ ਜਾਂ ਐਨ ਜੀਓਜ਼ ਨਹੀਂ ਜੀ ਨਹੀਂ ਪ੍ਰਾਈਵੇਟ ਬਿਜ਼ਨਸ ਐਂਟਰਪ੍ਰਾਈਜ਼ ਵੰਟੇ ਵਡੇ ਈਦਾਰੇ ਜੀ ਜੀ ਥੋੜੇ ਕਮਾਉਣ ਦੇ ਪੈਨੇ ਇੱਥੇ ਅਰਬਾਂ ਰੁਪਏ ਹਾਂ ਕਮਾਉਣ ਦੇ ਨੇ ਪੈ ਇਹ ਵੱਡੇ ਵੱਡੇ ਬੈਂਕ ਜੀ ਜੀ ਐ ਬੇਵਰੇਜਸ ਕੰਪਨੀਆਂ ਜੀ ਜੀ ਬੜਾ ਸ਼ਾਨਦਾਰ ਇਨੀਸ਼ੀਏਟਿਵ ਲਿਆ ਐਗਰੋ ਨੇ ਜੀ ਜੀ ਇਹ ਜਿਹੜਾ ਟੈਲੈਂਟ ਹੰਟ ਹੈ ਜੀ ਜੀ ਬੜੀ ਖੁਸ਼ੀ ਹੁੰਦੀ ਕਿ ਪਹਿਲੀ ਸ਼ਾਟ ਗਲੀ ਚ ਮਾਰਦੇ ਹੋ ਦੂਜੀ ਸਟੇਡੀਅਮ ਵਾ 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 ਬਜੀ ਵਾ ਨਾ ਕਿ ਕਿਹੜੀ ਗਲੀ ਹੈ ਜੀ ਇਹ ਸ਼ਾਦਾਬ ਗੁਗਲੀ ਜੀ ਗੁਗਲੀ ਗਲੀ ਇਹ ਗੁਗਲੀ ਸਟਰੀਟ ਹੈ ਜੀ ਗੁਗਲੀ ਗਲੀ ਜੀ 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 ਹੁੰਦੀ ਕਾਪੀ ਕਿਵੈਡੀ ਸ਼ਾਨਦਾਰ ਨੇ ਗੁਗਲੀ ਗਲੀ ਦੀ ਬਜਾਏ ਗੁਗਲੀ ਸਟਰੀਟ ਹੁੰਦਾ ਜ਼ਿਆਦਾ ਖੂਬਸੂਰਤ ਜੀ ਇਹ ਕਿਵੇਂ ਸ਼ਾਦਾਬ ਨੇ ਪਹਿਲੀ ਗੁਗਲੀ ਇੱਥੇ ਕੀਤੀ ਹੈ ਵਾ 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 ਗੱਲ ਬੜੀ ਚੰਗੀ ਹੈ ਜੀ ਸਰ ਔਰ ਇਹ ਸਾਰੇ ਅਬਦੁਲ ਕਾਦਰ ਨਾਲੀਆਂ ਚੋਂ ਗੇਂਦ ਕੱਢਦਾ ਰਿਹਾ ਜੇ ਕੱਲ ਥੋੜੀ ਜੀ ਜੀ ਬਿਲਕੁਲ ਔਰ ਜੇ ਗੁਗਲੀ ਦੀ ਕੋਈ ਇੱਕ ਕਿਤਾਬ ਹੈ ਨਾ ਗੁਗਲੀ ਉਹਦੇ ਟਾਈਟਲ ਤੇ ਇੱਕ ਤਸਵੀਰ ਬੰਦੇ ਦੀ ਉਹ ਅਬਦੁਲ ਕਾਦਰ ਦੀ ਹੁੰਦੀ ਸੀ ਜੀ ਵਾਹ ਤੇ ਐਗਰੋ ਨੂੰ ਇੱਕ ਕ੍ਰੈਡਿਟ ਮਿਲਦਾ ਰਹਾ ਸੀ ਵੈਲਸ ਸਿਗਰਟ ਹੁੰਦਾ ਕਿਸ ਸਮਾਂ ਜੀ ਜੀ ਉਹਨੇ ਇਹ ਟੈਲੀਵਿਜ਼ਨ ਦੇ ਉੱਤੇ ਬਹੁਤ ਸਪਾਂਸਰਸ਼ਿਪ ਵੈਲਸ ਨੇ ਇਹ ਹੁੰਦਾ ਸੀ ਲੈਕਸਨ ਟਬੈਕੋ ਕੰਪਨੀ ਉਹ ਜਿੰਦੀ ਮਲਕੀਅਤ ਹੁੰਦੀ ਆਈ ਉਹ ਕੁਛ ਦਿਨ ਪਹਿਲਾਂ ਤੱਕ ਤੇ ਮੇਰਾ ਦੋਸਤ ਆ ਹੁਣ ਮੈਨੂੰ ਭੈੜਾ ਲੱਗਦਾ ਛਿਉ ਸੰ ਆਪਣੇ ਜਿਹੜਾ ਬੰਦਾ ਲੈਂ ਦੇਣ ਦੇ ਮਾਮਲਿਆਂ ਚ ਕਮੀਨਗੀ ਕਰੇ ਨਾ ਜੀ ਜੀ ਜੋ ਅੱਲਾ ਨੇ ਉਹਨੂੰ ਬੜਾ ਦਿੱਤਾ ਹੋਵੇ ਇਸ ਦੇ ਬਾਵਜੂਦ ਦਿਲ ਐਡਾ ਖੁੰਦਾ ਹੁੰਦਾ ਹੁੰਦਾ ਹਮ ਸਹੀ ਸਹੀ ਉਹ ਫਿਰ ਮੈਨੂੰ ਪਸੰਦ ਨਹੀਂ ਆਂਦਾ ਸਹੀ ਤੇ ਇਹ ਮਾਲਕ ਹੁੰਦਾ ਔਰ ਬੜਾ ਠੀਕ ਠਾਕ ਉਹ ਨਾ ਮਾਮਲਾ ਕੀਤਾ ਨਹੀਂ ਤੇ ਭਾਈ ਉਹਨੇ ਕਮੀਨਗੀ ਕਿਹੜੀ ਕੀਤੀ ਐਸਲ ਸਾਡਾ ਮੌਜੂ ਨਹੀਂ ਹੈ ਇਫੇਰ ਵੀ ਕਿ ਪਤਾ ਨਹੀਂ ਫੇਰ ਵੀ ਕਿ ਦੱਸੋ ਤੇ ਸਹੀ ਕਿਸੇ ਲਈ ਦੱਸਾਂ ਕਿਸੇ ਤਫਸੀਲੀ ਗੱਲ ਕਰਸਾਂ ਇਹਦੇ ਹੁਣ ਦੱਸ ਦਿਓ ਹੁਣ ਕੀ ਨਹੀਂ ਐਸੇ ਲਈ ਅਸੀਂ ਗੱਲ ਕਰਦੇ ਪਿਆ ਅਦਬ ਦੀ ਗੱਲ ਕਰਦੇ ਪਿਆ ਕਿ ਅਦਬ ਦੀ আদਬ ਦੀ ਕਿਸ ਤਰ੍ਹਾਂ ਪਰਵਰਿਸ਼ ਹੋ ਸਕਦੀ ਹੈ ਜੀ ਜੀ ਇਹ ਤੁਸੀਂ ਐਵੇਂ ਹੀ ਫਿਰ মিডিਆ ਲੈ ਚਲੇ ਜਾਓ ਸਹੀ ਐਵੇਂ ਹੀ ਇਹ ਵੱਡੀਆਂ ਕੰਪਨੀਆਂ ਨੂੰ ਆਖੋ ਕਿ ਤੁਹਾਡਾ ਮੰਥਲੀ ਫੰਡ ਹੋਣਾ ਚਾਹੀਦਾ ਜੀ ਜੀ ਤੁਸੀਂ ਵੇਖੋ ਹੱਕ ਹੀ ਪੈਸਿਆਂ ਦੀ ਵਜ੍ਹਾ ਨਾਲ ਬਰਬਾਦ ਹੋ ਰਹੀ ਹੈ ਜੀ ਸਰ ਪੈਸੇ ਨਹੀਂ ਇਸ ਤਰ੍ਹਾਂ ਹੀ ਜੀ ਬਿਲਕੁਲ ਪੈਸਾ ਹੁੰਦਾ ਤੇ ਹੱਕੀ ਅਜੇ ਹੀ ਕਬਰੀਆਂ ਨਾ ਜਾ ਵੜਦੀ ਸਾਡੇ ਗਰਾਊਂਡਸ 'ਚ ਟ੍ਰਾਫਿਕ ਹੋਈ ਨਹੀਂ ਤੇ ਅਦੀਬ ਵੀ ਤੁਹਾਡਾ ਅਦਬ ਲਿਟਰੇਚਰ ਉਹਦੀ ਕਬਰ ਵੀ ਖੋਦ ਚੁੱਕੀ ਹੈ ਇਸ ਲਈ ਅਜੇ ਵੀ ਵੇਲਾ ਜੇ ਉਹਨੂੰ ਬਚਾ ਸਕਦੇ ਹੋ ਪੈਸਾ ਖਰਚੋ ਪੈਸਾ ਖਰਚਵਾਓ ਸਹੀ ਅ ਪ੍ਰਾਈਵੇਟ ਕੰਪਨੀਆ ਨਾ ਖੋ ਤਸ ਕੇ ਖੋ ਤੁਹਾਡਾ ਹੁਕਮ ਚੱਲਦਾ ਇਹਨਾਂ ਤੇ ਤੇ ਤਰੀ ਗੱਲ ਜਿਹੜੀ ਹੈ ਉਹ ਮੀਡੀਆ ਦੀ ਜ਼ਿੰਮੇਦਾਰੀ ਹੈ ਮੀਡੀਆ ਨੂੰ ਆਖੋ ਕਿ ਉਹ ਇਹਨੂੰ ਸੋਸ਼ਲ ਸਰਵਿਸ ਦੇ ਜ਼ੁਮਰੇ ਚ ਲਿਆਵੇ ਸਹੀ ਐਸੀ ਮੈਸੇਜਿੰਗ ਜੀ ਹਾਂ ਜਿੰਦੇ ਚੋਂ ਦਾ ਕੁਝ ਨਹੀਂ ਲੱਗਦਾ ਜੀ ਜੀ ਉਹ ਇਹ ਮਾਮਲਾ ਕਰੇ ਲੋਕਾਂ ਨੂੰ ਤਰਗੀਬ ਦੇਵੇ ਸਹੀ ਮੇਰਾ ਇੱਕ ਸਵਾਲ ਹੈ ਜਿਵੇਂ ਅੱਜ ਤੋਂ ਕਈ ਸਾਲ ਪਹਿਲੇ ਤਾਲੀਮੀ ادارے ਦੇ ਵਿੱਚ ਬਾਲਕੋ ਤਿਆਰ ਕੀਤਾ ਉਹਨਾਂ ਨੇ ਤਕਰੀਰ ਕੀਤੇ ਸ਼ਹਿਰੋ ਸ਼ਹਿਰੀ ਕੀਤੇ ਉਹਨੇ ਜਨੂੰਨ ਪੈਦਾ ਕੀਤਾ ਕਿ ਅਸਾਂ ਸ਼ਹਿਰੋ ਸ਼ਹਿਰੀ ਕਰੂ ਜ਼ਿਲਾਈ ਲੈਵਲ ਤੇ ਵਣੋ ਤਹਿਸੀਲ ਲੈਵਲ ਤੇ ਡਿਵੀਜ਼ਨ ਲੈਵਲ ਤੇ ਉਨੇ ਕੋ ਇੱਕ جنੂਨ ਹੁੰਦਾ ਕਿ ਸਾਂ ਕੋ ਪੈਸੇ ਦੀ ਲਾਲਚ ਕਾ ਨਹੀਂ ਸਾਂ ਜਿੱਤ ਕੇ ਆਮਣੇ ਵੀਕਲੀ ਬਜ਼ਮੇਦਮ ਹੁੰਦਾ ਸੀ ਜੀ ਬਿਲਕੁਲ ਉਹਦੇ ਜੇ ਬਾਲੇ ਕੋ جنੂਨ ਹੁੰਦਾ ਕਿ ਅਸਾਂ ਜਿੱਤਣੇ ਅਸਾਂ ਜਨਾ ਮੁਕਾਬਲਾ ਕਰਨੇ ਤੇ ਹੁਣ ਉਹ ਚੀਜ਼ ਕਹਿ ਨਹੀਂ ਸਹੀ ਸਕੂਲਾਂ ਚ ਉਹ ਜਿਵੇਂ ਪਹਿਲੇ ਕ੍ਰਿਕਟ ਗਰਾਊਂਡਸ ਹੁੰਦੇ ਆਏ ਹਾਕੀ ਗਰਾਊਂਡਸ ਹੁੰਦੇ ਆਏ ਗ੍ਰਾਂਟਾ ਹੁੰਦੀਆਂ ਸਨ ਇਹਨਾਂ ਕਮਨ ਜੀ ਜੀ ਹੁਣ ਨਹੀਂ ਹੈ ਗਿਆ ਬੜੀ ਬਦਨਸੀਬੀ ਹੈਗੀ ਹੈ ਲੇਕਿਨ ਇਹ ਲਾਜ਼ਮੀ ਹੋਣਾ ਚਾਹੀਦਾ ਜੀ ਜੀ ਔਰ ਬਜ਼ਮੇ ਅਦਬ ਇਟ ਸਟੂਡੈਂਟ ਜਾ ਕੇ ਕੀ ਕਰਨ ਕੀ ਕਰਨ ਉਸ ਕੀ ਲਬਦਾ ਕੀ ਹੋਂ ਤਾਂ ਸਹੀ ਉਹ ਪੁੱਠਾ ਸਿੱਧਾ ਗਾਲੀ ਐ ਨਾ ਟਿਕਟੋਕ ਵਾਲੀਆਂ ਚੀਜ਼ਾਂ ਹੋਂ ਤਾਂ ਇਹ ਚੀਜ਼ਾਂ ਆ ਗਨ ਹੋਂ ਝੂਮਾਰੇ ਤਾੜੀ ਡਾਂਸ ਉਡ ਪਟਾਂਕ ਚੀਜ਼ਾਂ ਸਿਖਾਏ ਹੋਏ ਉਹ ਵੀ ਖੈਰ ਅੱਜ ਰਿਵਾਜ ਉਸੇ ਦਈਏ ਲੇਕਿਨ ਤੁਸੀਂ ਜਦੋਂ ਇਨਸੈਂਟਿਵ ਦੇੋਗੇ ਨਾ ਜੀ 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 ਫਾਈਨੈਂਸ਼ਲੀ ਉਹਨਾਂ ਨੂੰ ਮਤਲਬ ਮੈਂ ਚੀਫ ਪ੍ਰੀਫੈਕਟ ਹਾਂ ਗਵਰਨਟ ਕਾਲਜ ਦੇ ਤੇ ਮੈਂ ਮੇਰੀ ਤਾਕਤ ਨਹੀਂ ਪਾਉਂਦਾ ਸੀ ਚੀਫ ਪ੍ਰੀਫੈਕਟ ਹੋਣਾ ਕੀ ਮੈਂ ਇੱਕ ਦਿਨ ਪੜਾਂ ਪਿਆ ਹਮਮ ਉਹਨੇ ਲਿਖਿਆ ਜੀ ਕਾਲਜ ਕਾਉਂਸਲ ਦੇ ਇਹ ਮੈਂਬਰਸ ਹੁੰਦੇ ਨੇ ਪ੍ਰਿੰਸੀਪਲ ਤੇ ਚਾਰ ਪ੍ਰੋਫੈਸਰਸ ਤੇ ਚੀਫ ਪ੍ਰੀਫੈਕਟ ਵਾਹ ਇੱਕ ਕਾਲਜ ਕਾਉਂਸਲ ਦੇ ਮੈਂਬਰ ਜਿਹ ਕਿਸੇ ਨੂੰ ਕੱਢ ਸਕਦੇ ਨੇ ਲਿਆ ਸਕਦੇ ਨੇ ਜੁਰਮਾਨਾ ਕਰ ਸਕਦੇ ਨੇ ਮਾਫ ਕਰ ਸਕਦੇ ਸਹੀ ਫੀਸ ਮਾਫ ਕਰ ਸਕਦੇ ਵਾਹ ਮੈਂ ਉਸ ਦਿਨ ਦਾ ਫਿਰ ਬੜਾ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਇਸ ਕੰਮ ਨੂੰ ਯਾਰ ਮੈਂ ਤਾਂ ਚੀਫ ਪ੍ਰੀਫੈਕਟ ਹਾਂ ਔਰ ਅੱਲਾ ਦਾ ਸ਼ੁਕਰ ਹੈ ਮੇਰੇ ਦੋ ਭਰਾ ਨੇ ਉਹ ਵੀ ਮੇਰੇ ਮਤਾ ਹੈ ਤਾਂ ਵਾਹ ਮੇਰੀ ਬੜੀ ਖਾਹਿਸ਼ ਸੀ ਮੈਂ ਉਹਨਾਂ ਨੂੰ ਵੀ ਜੁਰਮਾਨਾ ਕਰਾਂ ਤੇ ਮੇਰੀ ਭੈਣ ਆਈ ਹੈ ਉਹ ਵੀ ਹੌਸਟਲ 'ਚ ਹੂੰ ਮੈਂ ਉਹਨਾਂ ਦਾ ਵੀ ਪ੍ਰੀਫੈਕਟ ਹਾਂ ਵਾਹ ਤੇ ਅਸੀਂ ਚਾਰੋਂ ਜਣੇ ਇੱਕੋ ਟਾਈਮ ਚਾਰੋਂ ਆਸਟ੍ਰੇਲ ਚੁੰਦਿਆ ਹੂੰ ਕੁੜੀਆਂ ਦਾ علیحدਦਾ ਤੇ ਛੋਰਾ ਦਾ علیحدਦਾ ਕੀ ਕਹਨੇ ਠੀਕ ਹੈ ਵਾਹ ਕੀ ਤਬੀਅਤ ਹੈ ਕਿ ਮੈਂ ਉਹਨਾਂ ਨੂੰ ਜੁਰਮਾਨਾ ਕਰਨਾ ਮੈਂ ਪਹਿਲਾਂ ਜੁਰਮਾਨਾ ਪਤਾ ਕਿਨੂੰ ਕੀਤਾ ਕੋਈ ਨਹੀਂ ਜਰਾ ਹੈਰਾਨ ਹੋ ਜਾਏਗਾ ਕਿਨੂੰ ਭਾਜੀ ਮੇਰਾ ਬੜਾ ਪਿਆਰਾ ਦੋਸਤ ਬਾਦ ਅੱਜ ਬਣਿਆ ਔਰ ਅੱਲਾ ਨੇ ਉਹਨੂੰ ਆਈਜੀ ਲਵਾਇਆ ਭਾਈ ਥੋੜਾ ਜੁਰਮਾਨਾ ਮੈਨੂੰ ਵੀ ਕਰਾ ਦੇ ਆਈਜੀ ਨੂੰ ਵੀ ਭਾਏ 500 ਕਰੋ ਰੋਸੇ ਕਿਤੇ ዳਰ ਰੋਟੀ ਜੋਗੀ ਹੋਈ ਹੈ ਭਾਈ ਕਮਰੇ ਚ ਬੈਠ ਕੇ ਇਖਤੇ ਇਹ ਗੇਨਾ ਮੈਂ ਕਿ ਤੋਤੀ ਬੰਨੀ ਹਾਂ ਸੁ ਐਗਾ ਭਾਣੇ ਦਾ ਭਾਣਾ ਭਾਣੇ ਤੋਂ ਤੋਤੀ ਨਾਲ ਪੱਕ ক্রিকেট ਪੱਕੇ ਵਾਹ ਅਖੇ ਮਾਫੀ ਚਾਹਦੇ ਹੋ ਐਡੀ ਕਿਹੜੀ ਗੱਲ ਹੈ ক্রিকেট ਟਿਕਟ ਦੇ ਪੈਣ ਕਿ ਜੇ ਤੂੰ ਤਮੀਜ਼ ਨਾਲ ਆਖਦਾ ਨਾ ਮੈਂ ਕਰ ਵੀ ਦਿੰਦਾ ਮੈਂ ਕਰ ਵੀ ਦਿੰਦਾ ਮੈਂ ਕਿ ਨਹੀਂ ਨਹੀਂ ਮੇਰੇ ਨਾਲ ਤਾਂ ਪੂਰਾ ਹਮਲਾ ਹੁੰਦਾ ਮੈਂ ਕਿ ਜ਼ਰ ਤਲਾਸ਼ੀ ਲਓ ਉਹਨਾਂ ਨੂੰ ਮੈਨੂੰ ਪਤਾ ਸੀ ਇਸ ਕਮਰੇ 'ਚ ਬੀਅਰ ਪੀਤੀ ਜਾਂਦੀ ਅੱਛਾ ਉਹਦੇ ਕੱਪੜਿਆਂ 'ਚ ਬੀਅਰ ਨਿਕਲ ਉਹ ਆ ਜੀ ਅਸੈਂਡਰਮਾਨ ਅਗਲੇ ਦਿਨ ਮੈਨੇ ਐਪਲੀਕੇਸ਼ਨ ਕੇ ਸਾਰ

ਕਲੱਬ ਬਣਿਆ ਹੁੰਦਾ ਸੀ ਉਹਦੇ ਵਿੱਚ ਬਕਾਇਦਾ ਡਰਾਮੇ ਬਕਾਇਦਾ ਇੱਕ ਫੁੱਟਬਾਲ ਟੀਮ ਹੁੰਦੀ ਸੀ ਕੀ ਕਲਚਰ ਸੀ ਹਾਂਜੀ ਕੀ ਇਹ ਸਤਲੁਜ कॉटन मिल ਹਾਂਜੀ ਉਹਦਾ ਜ਼ਿਕਰ ਵਾਹ 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 ਕੀ ਕਲਚਰ ਜਿਵੇਂ ਸਤਲੁਜ कॉटन ਮਿਲ ਸੀ ਨਾ ਐਵੇਂ ਫੈਸਲਾਬਾਦ ਦੇ ਚਨਾਬ ਕਲੱਬ ਸੀ ਜੀ ਜੀ ਹੈ ਲੇਕਿਨ ਉਹ ਗੱਲ ਹੀ ਨਹੀਂ ਰਹੀ ਉਹ ਜੋ ਅਸਾਂ ਜੋ ਵੇਖਿਆ ਨਾ ਕਾੜਾ ਸ਼ਾਨਦਾਰ ਭਈ ਸਾਈਵਾਲ ਸਟੇਡੀਅਮ ਜੀ ਜੀ ਉਹਦੇ ਨਾਲ ਇੱਕ ਨਿਕੜੂ ਜਿਹਾ ਸਟੇਡੀਅਮ ਹੋਟਲ ਆ ਜੀ ਜੀ ਸੁਭਾਨ ਅੱਲ੍ਹਾ ਇਹ ਜੋਗੀ ਹੋਟਲ ਜੀ ਹਾਂ ਇਹ ਪਾਕਤੀ ਹਾਊਸ ਜੀ ਹਾਂ ਇਹ ਸੈਂਟਰ ਸਨ ਐਕਸੀਲੈਂਸ ਦੇ ਬਿਲਕੁਲ ਐਸ ਸੀ ਐਸ ਸੀ ਲਾਜ ਜਵਾਬ ਸ਼ਖਸੀਅਤ ਇਹਨਾਂ ਜਗ੍ਹਾ ਨੇ ਪੈਦਾ ਕੀਤੀ ਹੋਈ ਹੈ ਅੱਜ ਵੇਖੋ ਬਰਕਤ ਚੋਂ ਗਈ ਹੈ ਖਤਮ ਤੇ ਪੈਸਾ ਆ ਗਿਆ ਓਏ ਪੈਸੇ ਨਾਲ ਤੁਸੀਂ ਹਰ ਸ਼ੈ ਨਹੀਂ ਲੈ ਸਕਦੇ ਬਿਲਕੁਲ ਮਟੀਰੀਅਲਿਜ਼ਮ ਰੈਟ ਰੇਸ ਉਹੀ ਫਿਰ ਅੱਲਾਹ ਤਾਲਾ ਦੀ ਤਾ ਰੁਕ ਜਾਂਦੀ ਹੈ ਔਰ ਕ੍ਰੀਏਟੀਵਿਟੀ ਖਾਲਸ ਅਤਾ ਹੈ ਇਹ ਅੱਲਾ ਦਿੰਦਾ ਹੀ ਉਹਨੂੰ ਜਿਹੜਾ ਇਹਨਾਂ ਚੀਜ਼ਾਂ ਤੋਂ ਬੇਨਿਆਜ਼ ਹੋ ਜਾਏ ਤੁਸੀਂ ਬੇਨਿਆਜ਼ ਹੋ ਕੇ ਤਾਂ ਵੇਖੋ ਸਹੀ ਸਹੀ ਤੁਸੀਂ ਸ਼ੱਕ ਕਰਦੇ ਜੇ ਉਹਦੀ ਅਤਾਤ ਹੈ ਕਿ ਖਰੇ ਉਹ ਇੰਨਾ ਜ਼ਿਆਦਾ ਨਾ ਦੇਵੇ ਸਾਨੂੰ ਖਰੇ ਉਹਦੇ ਖਜ਼ਾਨੇ ਚ ਕੋਈ ਨਾਉਜ਼ ਬਿਲਾ ਕਮੀ ਵਾਕੇ ਹੋ ਜਾਵੇ ਉਹ ਪਾਗਲ ਦੇ ਪੁੱਤਰੋ ਤੁਸੀਂ ਕਦੇ ਕਰਕੇ ਤਾਂ ਵੇਖੋ ਉਹ ਕਿੱਡਾ ਪਿਆਰ ਕਰਦਾ ਤੁਹਾਨੂੰ ਕਿਉਂ ਉਹ ਤਖਲੀਕ ਕਰਾਂ ਨੂੰ ਬਹੁਤ ਪਸੰਦ ਕਰਦਾ ਕਿ ਤੁਹਾਡੀ ਵਜ੍ਹਾ ਨਾਲ ਮਾਸ਼ਰਾ ਐਂਟਰਟੇਨ ਵੀ ਹੋ ਰਿਹਾ ਯਾ ਤੁਹਾਡੀ ਵਜ੍ਹਾ ਨਾਲ ਮਾਸ਼ਰਾ ਐਜੂਕੇਟ ਹੋ ਰਿਹਾ ਹੈ। ਨਾ ਵਾਹ ਸਹੀ। ਲੇਕਿਨ ਤੁਸੀਂ ਬਜਾਏ ਇਸ ਦੇ ਕਿ ਰੈਟ ਰੇਸ ਆਫ ਮਟੀਰੀਅਲਿਜ਼ਮ ਇਹ ਤੁਹਾਡੀ ਸ਼ਾਨ ਦੇ ਖਿਲਾਫ ਹੈ। ਤੁਹਾਡੇ ਚ ਔਰ ਲਾਲਚੀ ਚੂਹੇ ਚ ਬੜਾ ਫਰਕ ਹੈ। ਵਾਹ। ਅਰ ਰੱਬਾ ਬੜੇ ਬੜਿਆਂ ਆਦੀਬਾਂ ਨੂੰ ਉਸ ਬੜਾ ਬੜਾ ਅਤਾ ਕੀਤਾ। ਨਹੀਂ ਬੇਸ਼ੱਕ। ਇਹ ਜਦੋਂ ਬੜਾ 5 ਮਿੰਟ ਬੱਸ ਚ ਬੋਲੇਗਾ। ਹਾਂ। ਡਰਾਈਵਰ ਬੱਸ ਦਰਬਾਰ ਤੇ ਲੈ ਜਾਂਦਾ ਹੁੰਦਾ। ਸਾਰੇ ਮਾਫੀ ਮੰਗਤ। ਇਹਨਾ ਅਮੀਰ ਤਬ ਕਰੀਏ ਨੂੰ ਫਰੰਟ ਤੇ ਬਹੰਦਾ ਤੁਸੀਂ ਬਾਦਸ਼ਾਹ ਜੀ ਇੱਥੇ ਬੈਠੋ। ਲੋਗੋ ਵਾਸੇ ਹਲਵੇ ਕੁਲਚੇ ਐ ਨਾ ਅਲੀਮ ਤੇਸੀ ਕਿ ਉਹ ਪਨੀਆ ਗੁੜ ਕਿਉਂ ਬਸ ਐਵੇਂ ਹੀ ਬੜੀਆਂ ਅਝੀਆਂ ਗੱਲਾਂ ਕੀਤੀਆਂ ਇੱਕ ਚੰਗੀ ਚ ਪੱਗ ਵੀ ਲੈ ਕੇ ਦਿੰਦਾ ਉਸ ਨੂੰ ਐਵੇਂ ਮੈਂਨ ਪੀਰ ਨੂੰ ਕਹਿ ਰਹੰਦਾ ਪੀਰ ਸਾਹਿਬ ਜਾਣਦੇ ਹੋ ਪੀਰ ਕਹਿ ਰਹੰਦਾ ਇਹ ਕਮਨ ਫੌਲਾ ਦੀ ਸੋਹਣੀ ਤਬੀਅਤ ਭਾਈ ਬਾਕੀ ਤਸਵੀਰ ਭਰੀ ਹੋ ਇਸ ਬੰਦੇ ਦੇ ਗੱਲਾਂ ਚ ਕੀ ਮਤ ਵਾਲੇ ਦਿਨ ਇਹੋ ਜਿਹੇ ਬੰਦੇ ਨੇ ਇੱਕ ਲਹੇੜਾ ਸਾਈਡ ਤੇ ਖਲੋ ਕੇ ਬੋਲੀ ਜਾਣ ਮੈਂਨ ਕਹਤਾ ਹਨ ਆਪ ਜਲੋ ਮੇਰੀ ਮਾਨ ਲਈ ਹੋਤੀ ਓ ਬਾਈ ਕੀ ਨੌਲੇਜ ਹੈ ਮੈਂ ਕਰੋ ਕੀ ਬਣ ਗਿਆ ਸੀ ਉਹ ਕੀ ਬਣਿਆ ਮੈਂ ਮਾਲਸ਼ੀ ਹਾਂ ਭਾਈ ਮੈਂ ਕੀ ਸੀ ਬਾਬੂ ਚੱਕਰ ਤੇ ਚਟਾਈ ਮੈਂ ਕੀ ਬਣਿਆ ਚੋਰ ਸਾਹਿਬ ਇਸ਼ਵਾਕ ਮਿੱਟੀ ਦਿਨ ਪਹਿਲੇ ਸੀ ਭਾਜੀ ਅਸੀਂ ਵਿੱਚੋ ਵੀ ਬਣਿਆ ਕੀ ਮੇਰੇ ਜੀ ਵੀ ਤੁਹਾਨੂੰ ਉਹਨੇ ਕਿ ਅੱਜ ਗਿਫਟ ਦੇ ਕੇ ਜਾਣਾ ਕੀ ਤੋਹਫਾ ਹੈ ਕਹੇ ਸਾਡੇ ਕੋ ਆਹ ਹਾਂ ਅੱਛਾ ਪੱਥਰ ਐਨਕ ਦੇ ਜਾਏਗਾ ਉਹ ਨਹੀਂ ਐਨਕ ਅੱਛਾ ਬਾਬੇ ਦਾ ਕੁਝ ਕਰ ਲਓ ਖੁਦਾ ਦਾ ਨਾਮ ਇਹ ਗੋਡਿਆਂ ਦੀ ਬਾਬਾ ਜੀ ਪੂਰੀ ਇੰਜ ਕਮਰ ਦਾ ਪੂਰਾ ਨਿਜ਼ਾਮ ਕੀ ਨਾ ਕੀ ਭਾਈ ਇੱਕ ਚੀਜ਼ ਬਣਾਈ ਹੈ ਮੈਂ ਸਲਾਜੀ ਤੋਂ ਜਮਨੇ ਸਲਾਜੀ ਛੱਡ ਦੇ ਤੈਨੂੰ ਬਾਂਦਰਾਂ ਤੋਂ ਇਲਾਵਾ ਕੋਈ ਆਈਟਮ ਚੰਗੀ ਨਹੀਂ ਲੱਗਦੀ ਇਹ ਜਾਂ ਚੌਧਰੀ ਆਪਣੀ ਮੱਝ ਖੁੱਲੀ ਵੇਖ ਕੇ ਕਹ ਰਹੇ ਹੁੰਦੇ ਕਿਸ ਦੀ ਖੁੱਲ ਗਈ ਹੈ ਮਲਜ਼ਮ ਦਾਦਾ ਚੌਰ ਸਾਹਿਬ ਤੁਹਾਡੀਆਂ ਫੇਰ ਠੀਕ ਆ ਫੜ ਲਿਆ ਫੜ ਲਿਆ ਹੁਣ ਮੱਝਾਂ ਹੀ ਇਤਨੀਆਂ ਕਿਹ ਬੰਦਾ ਵੇਖਦੇ ਹਾਂ ਆਪਣੀ ਬੱਚਾ ਹੋ ਰਸੀ ਇਹੋ ਜਾਂ ਚੌਧਰੀ ਆਪਣੀ ਪੰਚਾਇਤ ਛੋਟ ਕੇ ਉਹ ਕਿਸੇ ਕੁੱਤੇ ਦੀ ਵੀ ਸੁਣ ਲਿਆ ਸਾਰੇ ਚੁੱਪ ਹੋ ਜਾਂਦੇ ਜੀ ਚੌਰ ਸਾਹਿਬ ਉਵਰਮ ਕਾਮ ਇਹ ਜੈ ਵੀ ਜੇ ਪੰਚਾਇਤ ਚੁੱਟ ਕੇ ਜਾ ਕਹਿੰਦਾ ਮੈਂ ਇਹ ਗਲਤ ਮੈਨੂੰ ਮਾਰੋ ਜੁੱਤੀਆਂ ਉਹ ਸ਼ੁਰੂ ਹੋ ਜਾਂਦੇ ਐਸਲੇ ਬੜੇ ਬੜੇ ਜ਼ਿੰਦਗੀ ਚ ਅੱਛਾ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਕਿਹੜਾ ਫਨਕਾਰ ਹੈਗਾ ਰਜ਼ਵਾਨ ਨੱਕ ਹੈ ਰਜ਼ਵਾਨ ਨੱਕ ਉਹ ਬਚਾਰੇ ਦੇ ਨੇਜ਼ਾਬ ਵੱਜ ਗਿਆ ਕੰਮ ਦੇ ਦੌਰਾਨ ਤਿੰਨ ਮਹੀਨੇ ਬਿਜਾਰੇ ਨੇ ਪੱਲਿਓਂ ਇਲਾਜ ਕਰਾਇਆ ਆਪਣਾ ਫਨਕਾਰ ਨੂੰ ਵਾਕੀ ਮੈਨੂੰ ਤੁਹਾਡੀਆਂ ਗੱਲਾਂ ਤੋਂ ਮਾਨਾ ਅੱਖਾਂ 'ਚ ਪਾਣੀ ਆ ਗਿਆ ਮੇਰੇ ਓਏ ਓਏ ਹਾਲੇ ਫਨਕਾਰ ਪਾਕਿਸਤਾਨ ਖਤੀਬ ਫਨਕਾਰ ਉਹ ਖਤੀਬ ਕਿਹੜਾ ਉਹ ਅਦੀਬ 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 ਗੱਲਿੰਦੇ ਆਖਰੀ ਗਾਇਨੀ ਨਾ ਕੋਈ ਕਦਰ ਨਹੀਂ ਹੈਗੀ ਰਜ਼ਵਾਨ ਨੱਕ ਤਿੰਨ ਮਹੀਨੇ ਵਿਚਾਰਾ ਯਾਰ ਪੱਲੇ ਆਉਂਦੇ ਕੋ ਜੋਬ ਜਮਾ ਉਹ ਰਜ਼ਵਾਨ ਨੱਕ ਤੇਰਾ ਬਹਿਨੋਈ ਛੱਡ ਦੇ ਬਸ ਅਨਕਾਰ ਦੇਖੋ ਨੇ ਉਥੇ ਆਰਡ ਕਾਉਂਸਲ ਬਣੀ ਸਾਡੀ ਕਿ ਉਥੇ ਇਨਾ ਫੰਡ ਆਂਦਾ ਜੀ ਜੀ ਜਦੋਂ ਜੋਬ ਕੱਖ ਵੀ ਨਹੀਂ ਉਥੇ ਹਾਲੇ 16ਵਾਂ ਸ਼ੋ ਵੀ ਖਾਂਦੇ ਨੇ ਸਾਡਾ ਵਿਅਰਸ ਟਾਈਮ ਥੀ ਕੇ ਗਾੜਿਆਂ ਦਾ ਜੀ ਅਲੀਆ ਵੈਸ ਮਾਹੀ ਮੇਰਾ ਘਰ ਆਵੇ ਵਸ਼ਾਲਾ ਮਾਹੀ ਮੇਰਾ

ਜਿ ਡੋਰਾ ਮਾਹੀ ਮੇਰੇ ਦੇ ਹੱਥ ਵਿੱਚ ਡੋਰਾ ਮੁਲਕੋ ਵਖਰਾ ਜਗ ਤੋਂ ਸੋਣਾ ਸੋਣੀ ਜਿ ਟੋਰ ਸੁਹਾਵੇ ਵਿਸਾਲਾ ਉਜੜੀ ਜੋਕ ਵਸਾ ਸਾਲਾ ਉਜੜੀ ਜੋਕ ਵਸਾਵੇ ਉਹ ਸ਼ਾਲਾ ਮਾਹੀ ਮੇਰਾ ਘਰ ਮਾਹੀ ਮੇਰਾ ਤੋਂ 66 ਲਾਹੋਤ ਯਕੂਤੀ